ਕਿਸੇ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਸੀ। ਉਹਦੀ ਮਾਂ ਦੀ ਤਬੀਤ ਬਹੁਤ ਜ਼ਿਆਦਾ ਖਰਾਬ ਰਹੀ ਆ ਕਰਨੀ। ਉਹਨਾਂ ਕੋਲ ਜ਼ਮੀਨ ਦਾ ਇੱਕ ਛੋਟਾ ਜਿਹਾ ਟੁਕੜਾ ਸੀ। ਉਸਤੇ ਖੇਤੀ ਕਰਦਾ, ਦਿਨ ਰਾਤ ਮਿਹਨਤ ਕਰਦਾ, ਨਾਲੇ ਆਪਣੀ ਮਾਂ ਨੂੰ ਸੰਭਾਲਦਾ। ਪਰ ਹਾਲਤ ਉਹਨਾਂ ਦੇ ਹਜੇ ਵੀ ਗਰੀਬੀ ਵਾਲੇ ਸਨ। ਉਹ ਦੇਖਦਾ ਕਿ ਨਾਲ ਦੇ ਕਈ ਘਰਾਂ ਕੋਲ ਉਹਨਾਂ ਜਿਹੀ ਜ਼ਮੀਨ ਹੈ ਪਰ ਉਹ ਜਿਹੜੇ ਨੇ ਸਾਲ ਬਰਸਾਲ ਕੁਝ ਨਾ ਕੁਝ ਜੋੜ ਕੇ ਤੇ ਅਮੀਰ ਹੁੰਦੇ ਜਾਂਦੇ ਨੇ। ਪਰ ਮੇਰੀ ਜਿਹੜੀ ਹਾਲਤ ਹੈ ਉਹ ਗਰੀਬੀ ਵਾਲੀ ਰਹਿੰਦੀ ਹੈ। ਉਹ ਇਹ ਗੱਲਾਂ ਕਰਦਾ ਜਾ ਰਿਹਾ ਸੀ। ਰਸਤੇ ਵਿੱਚ ਨਾ ਉਹਨਾਂ ਨੂੰ ਇੱਕ ਬਜ਼ੁਰਗ ਜੇ ਮਿਲਦੇ ਨੇ ਉਹਨਾਂ ਦੀ ਗੱਲ ਸੁਣਦੇ ਨੇ ਉਹਨੂੰ ਕੋਲਾਵਾਜ਼ ਲਗਾ ਕੇ ਕਹਿੰਦੇ ਕਾਕਾ ਮੇਰੀ ਗੱਲ ਸੁਣ ਇੱਥੋਂ ਦੂਰ ਇੱਕ ਬੜਾ ਵੱਡਾ ਚਰਨਾ ਵਹਿੰਦਾ ਜਿਹੜੇ ਚਰਨੇ ਦੇ ਥਲੇ ਨਾ ਇੱਕ ਸੰਤ ਜੀ ਬੈਠਦੇ ਨੇ ਤੂੰ ਉਹਦੇ ਕੋਲ ਚਲਾ ਜਾ ਤੇ ਉਹ ਤੈਨੂੰ ਤੇਰੀ ਹਰ ਇੱਕ ਸਵਾਲ ਦਾ ਤੇਰਾ ਦਾ ਜਵਾਬ ਦੇ ਦੇਣਗੇ ਕਹਿੰਦਾ ਠੀਕ ਹੈ ਕਹਿੰਦਾ ਕਿੰਨੀ ਕੁ ਦੂਰ ਹੈ ਕਹਿੰਦੇ ਦੂਰ ਤਾਂ ਹੈਗਾ ਪਰ ਤੂੰ ਤੇ ਉੱਤੇ ਤੱਕ ਪਹੁੰਚ ਜਾਏਗਾ ਤੇ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਏਗਾ ਕਹਿੰਦਾ ਠੀਕ ਹੈ ਹੁਣ ਕੀ ਸੀ ਆਪਣੀ ਮਾਂ ਕੋਲ ਜਾਂਦਾ ਆਪਣੀ ਮਾਂ ਨੂੰ ਸਾਰੀ ਵਾਰ ਤਾਂ ਆਪਦੀ ਮਾਂ ਕਹਿੰਦੀ ਵੀ ਨਾ ਚਾ ਤੇਰੇ ਬਿਨਾ ਤਾਂ ਮੈਂ ਮਰ ਜਾਾਂਗੀ ਇੰਨਾ ਸਫਰ ਜਿਹੜਾ ਤੈ ਕੰਨਾ ਹੈਗੇ ਜੰਗਲ ਵੀ ਹੈ ਤੇ ਤੂੰ ਕਿਵੇਂ ਜਾਏਗਾ ਤੇਰੇ ਬਿਨਾ ਮੇਰਾ ਕੋਈ ਨਹੀਂ ਉਹ ਆਪਣੀ ਮਾਂ ਨੂੰ ਸੁਆਸਨ ਜਾਂ ਦੇ ਕੇ ਕਿ ਮਾਂ ਕੋਈ ਨਾ ਮੈਂ ਆ ਜਾਵਾਂਗਾ ਕਹਿ ਕੇ ਤੇ ਚੱਲਦਾ ਹੁਣ ਜਦੋਂ ਘਰੋਂ ਚੱਲਦਾ ਤੇ ਚੱਲਦੇ ਚੱਲਦੇ ਜਦੋਂ ਅਗਲੇ ਨਗਰ ਪਹੁੰਚਦਾ ਨਾ ਉੱਥੇ ਜਾ ਕੇ ਉਹਨੂੰ ਰਾਤ ਹੋ ਜਾਂਦੀ ਉਹ ਅੱਗੇ ਜਾ ਕੇ ਥੋੜਾ ਦੇਖਦਾ ਉੱਥੇ ਨਾ ਇੱਕ ਛੰਨ ਜੀ ਪਈ ਹੁੰਦੀ ਤੇ ਅੱਗੇ ਜਾਂਦਾ ਤੇ ਆਵਾਜ਼ ਲਗਾਉਂਦਾ ਅੱਗੇ ਦੇਖਦਾ ਹੈ ਕਿ ਇੱਕ ਬਿਰਧ ਮਾਤਾ ਜੀ ਬੈਠੇ ਹੁੰਦੇ ਨੇ ਉਹ ਮਾਤਾ ਜੀ ਨੂੰ ਕਹਿੰਦਾ ਹੈ ਵੀ ਮਾਂ ਵੀ ਤੁਸੀਂ ਮੈਨੂੰ ਕੁਝ ਖਾਣ ਲਈ ਪੀਣ ਲਈ ਦੇ ਦੋਗੇ ਮੈਂ ਨਾ ਬੜੀ ਦੂਰੋਂ ਚੱਲ ਕੇ ਆਇਆ ਹਾਂ ਤੇ ਮੇਰੇ ਕੋ ਖਾਣ ਪੀਣ ਲਈ ਨਹੀਂ ਹੈਗਾ ਤੇ ਰਾਤ ਦਾ ਵਕਤ ਹੈ ਤੇ ਕੀ ਮੈਂ ਇੱਥੇ ਸੌਂ ਸਕਦਾ ਉਹ ਕਹਿੰਦੇ ਵੀ ਹਾਂ ਪੁੱਤ ਉਹਨੂੰ ਬਾਹਰ ਨਾਲ ਕਬੂਲੀ ਸ਼ਾਦੀਂ ਦੀਆਂ ਕੁਝ ਤੇ ਉਹਨੂੰ ਖਾਣ ਲਈ ਦੇ ਦਿੰਦੇ ਹੁਣ ਗੱਲਾਂ ਬਾਤਾਂ ਕਰਦਿਆਂ ਉਹ ਮਾਈ ਪੁੱਛਦੀ ਆ ਵੀ ਪੁੱਤ ਤੂੰ ਕਿੱਥੇ ਜਾ ਰਿਹਾ ਤੇ ਕਹਿੰਦੇ ਵੀ ਮੈਂ ਐਵੇਂ ਨਾ ਮੈਂ ਬੜਾ ਅੱਥ ਦਾ ਗਰੀਬ ਹਾਂ ਤੇ ਮੇਰੇ ਨਾਲ ਕੁਝ ਸਵਾਲ ਨਹੀਂ ਤੇ ਮੈਂ ਉਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਇੱਕ ਸਾਧੂ ਸੰਤ ਕੋਲ ਚੱਲਿਆ ਉਹ ਕਹਿੰਦੀ ਪੁੱਤ ਫਿਰ ਮੇਰੀ ਵੀ ਇੱਕ ਗੱਲ ਸੁਣਨਾ ਚਾਹੀਂ ਕਿ ਹਾਂ ਪੁੱਤ ਮੇਰਾ ਵੀ ਇੱਕ ਸਵਾਲ ਹੈ ਮੇਰੀ ਨਾ ਪੋਤਰੀ ਹੈ ਤਾਂ ਬੋਲ ਨਹੀਂ ਸਕਦੀ ਜਨਮ ਤੋਂ ਤੇ ਦੱਸ ਮੈਂ ਐਸਾ ਕੀ ਕਰਾਂ ਵੀ ਹੋਰ ਹੋਇਆ ਵੀ ਨਹੀਂ ਕੋਈ ਤੇ ਮੇਰੇ ਬਿਨਾ ਤੇ ਉਹ ਕੱਲੀ ਵਿਚਾਰੀ ਕਿਵੇਂ ਜੀਵਨ ਬਸਰ ਕਰੇਗੀ ਤੇ ਨਾ ਹੀ ਐਵੇਂ ਕਿਸੇ ਉਹਦੇ ਸੰਗ ਲੱਗਣਾ ਹੈ ਤਾਂ ਤੂੰ ਪੁੱਛ ਕੇ ਆਈ ਵੀ ਮੈਂ ਐਸਾ ਕੀ ਕੰਮ ਕਰਾਂ ਕਿ ਉਹਦੀ ਆਵਾਜ਼ ਉਹਨੂੰ ਵਾਪਸ ਮਿਲ ਜੇ ਕਹਿੰਦਾ ਠੀਕ ਹੈ ਸਵੇਰ ਹੁੰਦੀ ਹੈ ਸਫ਼ਰ ਤੈਅ ਕਰਨਾ ਆਰੰਭ ਕਰ ਦਿੰਦੇ ਨੇ ਤੁਰਦਾ ਜਾਂਦਾ ਹੈ ਤੁਰਦਾ ਜਾਂਦਾ ਹੈ ਫਿਰ ਰਾਤ ਹੋ ਜਾਂਦੀ ਹੈ ਜਦੋਂ ਰਾਤ ਹੋ ਜਾਂਦੀ ਫਿਰ ਖਾਣਾ ਪਾਣੀ ਤੇ ਪੀਣ ਖਾਣਾ ਇਸ ਨਾਲੇ ਪੀਣਾਈ ਸੀ ਜਦੋਂ ਜਾਂਦਾ ਤੇ ਅੱਗੇ ਦੇਖਦਾ ਵੀ ਇੱਕ ਨਗਰ ਦੇ ਬਾਹਰ ਨਾਲ ਇੱਕ ਘਰ ਬਣਿਆ ਹੁੰਦਾ ਉੱਥੇ ਜਾਂਦਾ ਉਹਨਾਂ ਨੂੰ ਕਿੰਦਾ ਵੀ ਮੈਂ ਐਵੇਂ ਬੜੀ ਦੂਰ ਤੋਂ ਆਇਆ ਵਾਂ ਕਿ ਮੈਂ ਇੱਥੇ ਰਾਤ ਰਹਿ ਸਕਦਾ ਤੇ ਮੈਨੂੰ ਪ੍ਰਸ਼ਾਦਾ ਪਾਣੀ ਤੁਸੀਂ ਦੇ ਸਕਦੇ ਹੋ ਉਹ ਕਹਿੰਦੇ ਠੀਕ ਹੈ ਉਹ ਪ੍ਰਸ਼ਾਦਾ ਪਾਣੀ ਖਾਣ ਲੱਗਦਾ ਤੇ ਗਵਾਰ ਤਲਾਬ ਕਰਦਿਆਂ ਫਿਰ ਗੱਲ ਆ ਜਾਂਦੀ ਵੀ ਤੁਸੀਂ ਕਿੱਥੇ ਚੱਲਿਓ ਕੀ ਕੰਮ ਚੱਲਿਓ ਉਹ ਦੱਸਦਾ ਵੀ ਐਵੇਂ ਮੈਂ ਨਾ ਆਤਾ ਗਰੀਬਾਂ ਮੈਂ ਦਿਨ ਰਾਤ ਮਿਹਨਤ ਕਰਦਾ ਮਾਂ ਮੇਰੀ ਦਿਨ ਬਦਨ ਬਿਮਾਰ ਹੁੰਦੀ ਜਾ ਰਹੀ ਹੈ ਤੇ ਉੱਥੇ ਇੱਕ ਸੰਤ ਜੀ ਨੇ ਮੈਂ ਉਹਨਾਂ ਤੋਂ ਇੱਕ ਸਵਾਲ ਹੈ ਮੇਰੇ ਮਨ ਦਾ ਮੈਂ ਉਹਨਾਂ ਦਾ ਜਵਾਬ ਲੈਣ ਜਾ ਰਿਹਾ ਖਾਣਾ ਪਾਣੀ ਜਦੋਂ ਖਾ ਲਿਆ ਉਸ ਤੋਂ ਬਾਅਦ ਉਹ ਮਨ ਨੂੰ ਕਹਿੰਦਾ ਵੀ ਮੇਰਾ ਵੀ ਨਾ ਇੱਕ ਸਵਾਲ ਹੈ ਤੇ ਤੂੰ ਉਹਦਾ ਜਵਾਬ ਮੈਨੂੰ ਦੇ ਦੇ ਮੇਰਾ ਸੰਤ ਜੀ ਕੋਲ ਪੁੱਛਾਈ ਮੈਂ ਹੁਣ ਬੇਰ ਦਵਸਥਾ ਵਿੱਚ ਹੋਣ ਵਾਲਾ ਮੈਂ ਕਿੱਥੇ ਜਾਵਾਂਗਾ ਕਿੰਦੇ ਠੀਕ ਹੈ ਦੱਸੋ ਸਵਾਲ ਕਿੰਦੇ ਵੀ ਮੇਰੇ ਕੋਲ ਨਾ ਥੋੜਾ ਜਿਹਾ ਜ਼ਮੀਨ ਦਾ ਟੁਕੜਾ ਹੈ ਸਾਰੇ ਆਪਣੇ ਆਪਣੇ ਖੇਤਾਂ ਵਿੱਚ ਮਿਹਨਤ ਕਰਦੇ ਨੇ ਤੇ ਉਹਨਾਂ ਨੂੰ ਫਲ ਮਿਲਦਾ ਮੈਂ ਅੱਤ ਦਾ ਗਰੀਬ ਹੋ ਗਿਆ ਮੈਂ ਇੰਨੀ ਮਿਹਨਤ ਕਰਦਾ ਹਾਂ ਨਾ ਆਪਣੇ ਖੇਤਾਂ ਦੇ ਵਿੱਚ ਮੈਂ ਪਹਿਲਾਂ ਫਸਲ ਬੀਜਦਾ ਸੀ ਉਹ ਨਹੀਂ ਸੀ ਹੁੰਦੀ ਹੈਗੀ ਫਿਰ ਮੈਂ ਸੋਚਿਆ ਵੀ ਕੁਝ ਫਲਾਂ ਦੇ ਰੋਖ ਹੀ ਲਾਦਾ ਉਹ ਹੋ ਜਾਣਗੇ ਕਿੰਦੇ ਉਹ ਵੀ ਨਹੀਂ ਹੋਏ ਹੈਗੇ ਕੋਈ ਵੀ ਚੀਜ਼ ਮੇਰੇ ਖੇਤਾਂ ਵਿੱਚ ਵੱਲਦੀ ਦੀ ਫੁੱਲਦੀ ਹੈ ਹੀ ਨਹੀਂ ਤੇ ਮੈਂ ਨਾ ਕਰਜ਼ੇ ਚੁੱਕ ਚੁੱਕ ਕੇ ਜਾਂ ਦਿਹਾੜੀ ਦਾਪਾ ਕਰਕੇ ਆਪਣਾ ਜੀਵਨ ਬਸਰ ਕਰਦਾ ਤਾਂ ਦੱਸ ਪੁੱਛ ਕੇ ਆਏ ਕਿ ਐਸਾ ਕੀ ਮੇਰੇ ਖੇਤੀਆਂ ਮੇਰੇ ਵਿੱਚ ਕੀ ਕਮੀ ਹੈ ਜੋ ਮੇਰੇ ਖੇਤ ਵਿੱਚ ਫਸਲ ਨਹੀਂ ਹੁੰਦੀ ਹੈਗੀ ਕਹਿੰਦਾ ਠੀਕ ਹੈ ਹੁਣ ਅੱਗੇ ਤੁਰਿਆ ਜਾਂਦਾ ਜਦੋਂ ਅੱਗੇ ਜਾਂਦਾ ਤਾਂ ਤੁਰਦਿਆ ਤੁਰਦਿਆ ਸਫ਼ਰ ਫੇਰ ਰਾਤ ਹੋ ਜਾਂਦੀ ਜਦੋਂ ਰਾਤ ਹੁੰਦੀ ਹੈ ਤੇ ਫਿਰ ਖਾਣਾ ਪਾਣੀ ਤਾਂ ਹੁੰਦੇ ਫਿਰ ਖਾਣਾ ਹੁੰਦਾ ਨਾਲੇ ਨੂੰ ਐਵੇਂ ਹੁੰਦਾ ਵੀ ਸਰੀਰ ਥੱਕਿਆ ਟੁੱਟਿਆ ਜੋ ਤੂੰ ਜਾਂਦਾ ਹੈ ਤੇ ਇੱਕ ਨਾ ਚੌਂਪੜੀ ਜੀ ਹੁੰਦੀ ਹੈ ਤੇ ਉਹਦੇ ਅੱਗੇ ਇੱਕ ਸੰਤ ਜੀ ਬੈਠ ਕੇ ਤੇ ਨਾਮ ਜਪਦੇ ਹੁੰਦੇ ਨੇ ਇੱਕ ਤਾਂ ਉਹਨਾਂ ਦੇ ਕੋਲ ਜਾਂਦਾ ਉਹਨਾਂ ਨੂੰ ਨਮਸਕਾਰ ਕਰਦਾ ਤੇ ਕਹਿੰਦਾ ਵੀ ਮੈਂ ਅੱਜ ਫਕੀਰ ਜੀ ਸਾਧੂ ਜੀ ਇੱਥੇ ਰੁਕ ਜਾ ਤੇ ਕਹਿੰਦੇ ਠੀਕ ਹੈ ਤੁਸੀਂ ਰੁਕ ਜੋ ਗਾਰਤਾ ਲਾਭ ਕਰਦੇ ਆ ਫਿਰ ਗੱਲਬਾਤ ਹੁੰਦੀ ਹੈ ਕਹਿੰਦੇ ਵੀ ਤੁਸੀਂ ਕਿੱਥੇ ਜਾ ਰਹੇ ਹੋ ਕਹਿੰਦਾ ਸੰਤ ਜੀ ਵੀ ਐਵੇਂ ਨਾ ਮੇਰਾ ਅਤ ਦੀ ਗਰੀਬੀ ਇਹ ਕਰ ਮੈਂ ਆਪਣੇ ਕੁਝ ਸਵਾਲਾਂ ਦਾ ਜਵਾਬ ਲੈਣ ਲਈ ਅਗਲੇ ਨਗਰ ਜਾ ਰਿਹਾ ਹਾਂ ਮੈਂ ਸੰਤ ਜੀ ਕੋਲ ਕਹਿੰਦੇ ਠੀਕ ਹੈ ਜੋ ਉੱਥੇ ਜਾ ਰਹੇ ਆ ਤਾਂ ਮੇਰੇ ਵੀ ਇੱਕ ਸਵਾਲ ਦਾ ਜਵਾਬ ਦੇ ਕਹਿੰਦੇ ਮੈਂ ਨਿੱਕੀ ਜੀ ਉਮਰ ਤੋਂ ਜੋ ਇੱਥੇ ਬੈਠ ਕੇ ਨਾਮ ਜਪਣਾ ਆਰੰਭ ਕਰ ਦਿੱਤਾ ਸੀ ਪਰ ਮੇਰੀ ਜੋ ਵੀ ਮਨੋਕਾਮਨਾ ਜਾਂ ਮੇਰਾ ਜਪਤਾ ਪਾ ਨਾਮ ਜਪਣਾ ਉਹ ਸਫਲ ਕਿਉਂ ਨਹੀਂ ਹੋ ਰਿਹਾ ਕਹਿੰਦੇ ਠੀਕ ਹੈ ਹਣ ਸਵੇਰ ਹੁੰਦੀ ਹੈ ਫਿਰ ਚੱਲਣਾ ਆਰੰਭ ਕਰ ਦਿੰਦਾ ਚਲਦਿਆਂ ਚਲਦਿਆਂ ਉਹ ਥਾਂ ਤੇ ਪਹੁੰਚ ਜਾਂਦਾ ਜਿੱਥੇ ਉਹ ਸੰਤ ਜੀ ਹੁੰਦੇ ਨੇ ਜਦੋਂ ਪਹੁੰਚਦਾ ਹੈ ਤੇ ਉਹ ਤਾਂ ਸੰਧਿਆ ਦਾ ਸਮਾਂ ਹੋ ਜਾਂਦਾ ਹੈ ਭਾਵ ਰਾਤ ਹੋਣ ਵਾਲੀ ਹੁੰਦੀ ਹੈ ਸੂਰਜ ਡੁੱਬ ਗਿਆ ਹੁੰਦਾ ਜਾ ਕੇ ਸੰਤ ਜੀ ਨੂੰ ਨਮਸਕਾਰ ਕਰਦਾ ਕਹਿੰਦੇ ਸੰਤ ਜੀ ਮੈਂ ਫਲਾਣੀ ਥਾਂ ਤੋਂ ਆਇਆ ਹਾਂ ਤੇ ਮੇਰੇ ਮਨ 'ਚ ਕੁਝ ਸਵਾਲ ਨੇ ਤਾਂ ਮੈਨੂੰ ਉਹਨਾਂ ਸਵਾਲਾਂ ਦੇ ਜਵਾਬ ਚਾਹੀਦੇ ਨੇ ਸੰਤ ਜੀ ਕਹਿੰਦੇ ਵੀ ਇਹ ਤਾਂ ਸੰਧਿਆ ਦਾ ਸਮਾਂ ਹੈ ਮੈਂ ਇਸ ਸਮੇਂ ਕਿਸੇ ਵੀ ਸਵਾਲ ਦਾ ਜੋ ਹੈ ਜਵਾਬ ਨਹੀਂ ਦਿੰਦਾ ਤਾਂ ਮੈਂ ਇੱਥੇ ਤੇਰੇ ਸਾਰੇ ਸਵਾਲਾਂ ਦਾ ਜਵਾਬ ਸਵੇਰ ਦਵਾਂਗਾ ਤਾਂ ਹੁਣ ਤੂੰ ਆਰਾਮ ਕਰ ਲੈ ਤੇ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਬਾਣੀ ਚੱਕ ਕੇ ਸੋ ਜਾਂਦਾ ਸਵੇਰ ਹੁੰਦੀ ਹੈ ਤੇ ਉਹ ਸੰਤ ਜੀ ਕੋਲ ਆਉਂਦਾ ਨਮਸਕਾਰ ਕਰਦਾ ਤੇ ਆਪਣੇ ਸਵਾਲਾਂ ਦਾ ਜਵਾਬ ਮੰਗਦਾ ਤੇ ਕਹਿੰਦਾ ਸੰਤ ਜੀ ਮੇਰੇ ਚਾਰ ਸਵਾਲ ਨੇ ਤੇ ਮੈਂ ਸਵਾਲਾਂ ਦਾ ਜਵਾਬ ਚਾਹੁੰਨਾ ਉਹ ਸੰਤ ਜੀ ਕਹਿੰਦੇ ਮੈਂ ਆਪਣੀ ਜ਼ਿੰਦਗੀ ਦਾ ਨਿਯਮ ਬਣਾਇਆ ਹੋਇਆ ਹੈ ਕਿ ਮੈਂ ਜੋ ਵੀ ਮਨੁੱਖ ਆਉਂਦਾ ਨਾ ਮੈਂ ਸਿਰਫ ਉਹਦੇ ਤਿੰਨ ਸਵਾਲਾਂ ਦੇ ਜਵਾਬ ਦੇਣਾ ਤੇ ਮੈਂ ਇਸ ਤੋਂ ਵੱਧ ਵੀ ਨਹੀਂ ਤੇ ਇਸ ਤੋਂ ਘੱਟ ਵੀ ਨਹੀਂ ਤਾਂ ਉਹ ਕਹਿੰਦਾ ਵੀ ਹੁਣ ਤਾਂ ਆਪਣੇ ਮਨ 'ਚ ਸੋਚਣ ਲੱਗ ਜਾਂਦਾ ਵੀ ਸਵਾਲਾਂ ਦੇ ਜਵਾਬ ਤਾਂ ਮੇਰੇ ਕੋਲ ਚਾਰ ਨੇ ਫਿਰ ਉਹ ਸੋਚਦਾ ਵੀ ਮੈਂ ਚਾਰ ਜਣਿਆਂ ਦਾ ਖਾਣਾ ਪਾਣੀ ਖਾਦਾ ਤੇ ਫਿਰ ਮੈਂ ਐਵੇਂ ਤੇ ਨਹੀਂ ਕਰ ਸਕਦਾ ਨਾ ਵੀ ਮੈਂ ਉਹਨਾਂ ਦੇ ਤੇ ਪ੍ਰਸ਼ਾਦਾ ਪਾਣੀ ਜੋ ਹੈ ਉਹ ਐਵੇਂ ਨਹੀਂ ਜਾਇਜ਼ ਜਾਨ ਦੇਂਦਾ ਬੜਾ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਹੈ ਤਾਂ ਹੀ ਉਹਨਾਂ ਨੇ ਮੈਨੂੰ ਕਿ ਆਪਣੇ ਘਰ ਰੁਕਣ ਲਈ ਥਾਂ ਦਿੱਤੀ ਪ੍ਰਸ਼ਾਦਾ ਪਣ ਦਿੱਤਾ ਮੇਰੇ ਢਿੱਡ ਲਈ ਉਹ ਕਹਿੰਦਾ ਚਲ ਉਹਨਾਂ ਦੇ ਪੁੱਛ ਲੈਣਾ ਆਪਣਾ ਸਵਾਲ ਰਹਿਣ ਦੇਣਾ ਹੁਣ ਕੀ ਕਰਦਾ ਹੈ ਉਹਨਾਂ ਤਿੰਨਾਂ ਦੇ ਸਵਾਲ ਵਾਰੀ-ਵਾਰੀ ਉਹਨੂੰ ਦੱਸਦਾ ਹੈ ਤੇ ਸੰਤ ਜੀ ਉਹਨਾਂ ਦੇ ਸਾਰੇ ਜਵਾਬ ਦੱਸ ਦਿੰਦੇ ਨੇ ਤੇ ਹੁਣ ਘਰ ਆਉਣ ਲੱਗਦਾ ਚੱਲਿਆ ਹੁੰਦਾ ਚੱਲਿਆ ਹੁੰਦਾ ਫਿਰ ਉੱਥੇ ਥਾਂ ਤੇ ਰਾਤ ਪੈ ਜਾਂਦੀ ਔਰ ਸੰਤ ਜੀ ਕਹਿੰਦੇ ਆ ਗਿਆ ਕਹਿੰਦੇ ਉਹ ਸਾਧੂ ਫਕੀਰ ਕਹਿੰਦੇ ਵੀ ਦੱਸ ਵੀ ਮੇਰੇ ਨਾਮ ਜਪਣਾ ਜੋ ਹੈ ਉਹ ਸਫਲ ਕਿਉਂ ਨਹੀਂ ਹੋ ਰਿਹਾ ਤਾਂ ਕਿੰਦਾ ਚੰਚੀ ਜਿਹੜਾ ਤੁਸੀਂ ਆ ਆਪਣਾ ਜੋੜਾ ਕੀਤਾ ਹੋਇਆ ਜਟਾਵਾਂ ਜੀਆਂ ਨੇ ਨਾ ਇਹਦੇ ਦੇ ਵਿੱਚ ਨਾ ਇੱਕ ਛੋਟਾ ਜਿਹਾ ਰਤਨ ਪਿਆ ਹੋਇਆ ਹੈ ਭਾਵ ਤੇ ਉਹ ਰਤਨ ਜੋ ਵੀ ਨਾਮ ਜਾਪਦੇ ਹੋ ਨਾ ਉਹਦੀ ਸ਼ਕਤੀ ਜੋ ਹੈ ਉਹਦੇ ਵਿੱਚ ਸਮਾ ਜਾਂਦੀ ਇਸ ਕਰਕੇ ਤੁਹਾਨੂੰ ਜੋ ਹੈ ਉਹਦਾ ਫਲ ਨਹੀਂ ਮਿਲਦਾ ਪਿਆ ਉਹ ਛੇਤੀ ਛੇਤੀ ਨਾਲ ਆਪਣਾ ਸਿਰ ਹਿਲਾਉਣ ਲੱਗਦੇ ਨੇ ਤੇ ਵਿੱਚੋਂ ਇੱਕ ਨਾ ਬੜਾ ਕੀਮਤੀ ਰਤਨ ਜਿਹਾ ਉਹ ਥੱਲੇ ਡਿੱਗ ਜਾਂਦਾ ਉਹ ਕਹਿੰਦੇ ਵੀ ਫਕੀਰ ਕਹਿੰਦੇ ਵੀ ਮੈਨੂੰ ਤੇ ਇਹਦੀ ਜ਼ਰੂਰਤ ਨਹੀਂ ਹੈਗੀ ਇਹ ਤੂੰ ਰੱਖ ਲੈ ਤੇ ਉਹਨੂੰ ਕਹਿੰਦੇ ਤੇ ਵੀ ਤੂੰ ਆਪਣੇ ਕੋਲੇ ਨੂੰ ਸੰਭਾਲ ਕੇ ਰੱਖੀ ਹਮੇਸ਼ਾ ਉਹ ਕੀ ਕਰਦਾ ਵੀ ਉਹਨੂੰ ਆਪਣੇ ਲੱਕ ਨਾਲ ਬੰਨ ਕੇ ਤੇ ਚੱਲਦਾ ਜਾਂਦਾ ਤੇ ਅੱਗੇ ਜਾਂਦਾ ਹੁਣ ਫਿਰ ਉਹ ਜੋ ਦੂਸਰੀ ਥਾਂ ਸੀ ਉੱਥੇ ਆ ਜਾਂਦਾ ਉੱਥੇ ਆ ਕੇ ਰਾਤ ਹੋ ਜਾਂਦੀ Ashram ਕਰਨ ਲੱਗਦਾ ਉਹ ਵੀ ਹਜੇ ਸੰਧਿਆ ਦਾ ਸਮਾਂ ਹੁੰਦਾ ਤਾਂ ਉਹ ਕਹਿੰਦੇ ਉਹਨੂੰ ਕਹਿੰਦੇ ਵੀ ਦੱਸ ਵੀ ਮੇਰੀ ਫਸਲ ਕਿਉਂ ਨਹੀਂ ਹੁੰਦੀ ਹੈਗੀ ਤਮੋਕਿੰਦੇ ਵਿਚ சின்ன ਤੇ ਰਖੇ ਇੱਥੇ ਦਾ ਹਿੱਸਾ ਹੈ ਨਾ ਉਹਦੇ ਸਾਰੇ ਦੇ ਥੱਲੇ ਸੋਨੇ ਦੀਆਂ ਮੋਹਰਾਂ ਦੱਬੀਆਂ ਹੋਈਆਂ ਨੇ ਜਿਸ ਕਾਰਨ ਤੂੰ ਜੋ ਵੀ ਫਸਲ ਬੀਜਦਾ ਹੈ ਉਹਦੀ ਜੜਾਂ ਥੱਲੇ ਜਾਂਦੀਆਂ ਹੀ ਨਹੀਂ ਹੈਗੀਆਂ ਜਿਸ ਕਰਕੇ ਫਿਰ ਤੇਰੀ ਫਸਲ ਨਹੀਂ ਹੁੰਦੀ ਉਹ ਕਹਿੰਦਾ ਵੀ ਮੈਂ ਕੱਲਾ ਇਨਸਾਨ ਹਾਂ ਤੇ ਮੈਂ ਕੱਲਾ ਜਣਾ ਸਾਰਾ ਆਪਣੀ ਜਿਹੜੀ ਪੈਲੀ ਉਹ ਕਿਵੇਂ ਖੋਦਾਂਗਾ ਤਤੂਆਂ ਜਰਾ ਤੇ ਰੁਕ ਜਾ ਆਪਾਂ ਦੋਨੋਂ ਮਿਲ ਕੇ ਕੰਮ ਕਰ ਲਾਂ ਕਿਉਂਕਿ ਸਵੇਰ ਦੇ ਉਜਾਲੇ 'ਚ ਤਾਂ ਦਿਨ ਦੀ ਰੋਸ਼ਨੀ 'ਚ ਤਾਂ ਮੈਂ ਕੰਮ ਕਰ ਨਹੀਂ ਸਕਦਾ ਉਹ ਕਹਿੰਦਾ ਠੀਕ ਹੈ ਹੁਣ ਜਦੋਂ ਰਾਤ ਹੁੰਦੀ ਹੈ ਤੇ ਚੰਗੀ ਤਰ੍ਹਾਂ ਉਹ ਖੁਦਾਈ ਕਰਕੇ ਤੇ ਚੰਗੀ ਤਰ੍ਹਾਂ ਵਾਹ ਕੇ ਤੇ ਵਿੱਚੋਂ ਸਾਰਿਆਂ ਸੋਨੇ ਦੇ ਮੁੰਦਰਾ ਕੱਢ ਕੇ ਘਾਗਰਾਂ ਭਰ ਲੈਂਦੇ ਆ ਅਤੇ ਗਾਗਰਾਂ ਪਰੰਤੋਂ ਬਾਅਦ ਫਿਰ ਉੱਥੇ ਆਪਣਾ ਬੀ ਦਾ ਛੱਟਾ ਵੀ ਦੇ ਦਿੰਦੀ ਆ ਵੀ ਸਵੇਰੇ ਸਭ ਨੂੰ ਲੱਗੇ ਵੀ ਹਾਂ ਇੱਥੇ ਕੁਝ ਕੀਤਾ ਹੋਇਆ। ਜਦੋਂ ਗਾਗਰਾਂ ਭਰ ਕੇ ਆ ਜਾਂਦੀਆਂ ਨੇ ਤੇ ਉਹਨੂੰ ਕਹਿੰਦਾ ਕਿ ਤੂੰ ਮੇਰਾ ਬਹੁਤ ਵੱਡਾ ਜੋ ਮਸਲਾ ਸੀ ਉਹ ਹੱਲ ਕਰ ਦਿੱਤਾ ਤੇ ਉਹਦੇ ਵਿੱਚੋਂ ਉਹਨੂੰ ਦੋ ਤਿੰਨ ਗਾਗਰਾਂ ਉਹਨੂੰ ਦੇ ਦਿੰਦਾ। ਉਹਨੂੰ ਕਹਿੰਦਾ ਉਹ ਕਹਿੰਦਾ ਮੈਂ ਵੀ ਨਹੀਂ ਇਹ ਲੈ ਕੇ ਕਿਵੇਂ ਜਾਊਂਗਾ। ਉਹਨੂੰ ਕਹਿੰਦਾ ਬਲਦ ਦੇ ਨਾਲ ਆਪਣੀ ਜੋ ਵੀ ਉਹਦੇ ਪਿੱਛੇ ਬੱਗੀ ਪਈ ਹੁੰਦੀ ਆ ਉਹਨੂੰ ਦੇ ਦਿੰਦਾ। ਇਹ ਲੈ ਕੇ ਤੇ ਉਹ ਚਲਾ ਜਾਂਦਾ। ਹੁਣ ਅੱਗੇ ਜਾਂਦਾ। ਜਾਂਦਿਆਂ ਜਾਂਦਿਆਂ ਉਸੇ ਬਜ਼ੁਰਗ ਮਾਈ ਦੇ ਘਰ ਪਹੁੰਚ ਜਾਂਦਾ ਹੈ ਜਿੱਥੇ ਉਹ ਮਾਈ ਨੇ ਸਭ ਤੋਂ ਪਹਿਲਾਂ ਉਹਨੂੰ ਨਿਵਾਸ ਸਥਾਨ ਦਿੱਤਾ ਸੀ ਉਹ ਮਾਈ ਕਹਿੰਦੀ ਆ ਗਿਆ ਪੁੱਤ ਮੇਰੇ ਸਵਾਲ ਦਾ ਜਵਾਬ ਲੈ ਆ ਉਹ ਆਉਂਦਾ ਤੇ ਉਹ ਮਾਈ ਨੂੰ ਦੱਸਣ ਲੱਗਦਾ ਕਿੰਦਾ ਮਾਈ ਵੀ ਜਿਹੜੀ ਤੇਰੀ ਪੋਤਰੀ ਹੈ ਨਾ ਉਹਦੀ ਆਵਾਜ਼ ਤਾਂ ਹੀ ਵਾਪਸ ਆ ਸਕਦੀ ਹੈ ਜਦੋਂ ਉਹ ਜਿਸ ਨੂੰ ਜੇ ਉਹ ਵਾਰ ਨੂੰ ਮਿਲੇਗਾ ਜੋ ਉਹਦੇ ਮਨ ਨੂੰ ਲੱਗੇ ਜੋ ਉਹਦੇ ਮਨ ਨੂੰ ਉਹਦੀ ਜ਼ਿੰਦਗੀ ਲਈ ਸਹੀ ਹੋਵੇਗਾ ਨਾ ਉਹ ਵਾਰ ਨੂੰ ਵਿੰਦਿਆਂ ਸਾਰ ਉਹਦੇ ਘਰ ਵਾਲੇ ਨੂੰ ਵਿੰਦਿਆਂ ਸਾਰ ਉਹਦੀ ਜੋ ਬਾਣੀ ਹੈ ਨਾ ਉਹਦੇ মুখ ਚੋਂ ਆਪੇ ਬਾਹਰ ਆ ਜਾਏਗੀ ਹੁਣ ਕੀ ਹੁੰਦਾ ਹੈ ਵੀ ਇੰਨੇ ਨੂੰ ਉਹਦੀ ਪੋਤਰੀ ਬੁਹੇ ਤੋਂ ਅੰਦਰੋਂ ਲੱਗਦੀ ਤਾਂ ਉਹ ਮਨੁੱਖ ਨੂੰ ਵੇਖ ਕੇ ਉਹ ਆਪਣੀ ਦਾਦੀ ਨੂੰ ਕਹਿੰਦੀ ਦਾਦੀ ਮਾਮੀ ਆਪਣੇ ਘਰ ਕੋਈ ਆਇਆ ਉਹਦੀ ਇੰਨੀ ਆਵਾਜ਼ ਐਵੇਂ ਆ ਜਾਂਦੀ ਕਹਿੰਦੀ ਹਾਂ ਘਰ ਆਇਆ ਤੇਰੇ ਤੂੰ ਹੁਣ ਵਿਆਹਤਾ ਹੋਣ ਵਾਲੀ ਐ ਤੇ ਤੈਨੂੰ ਅੱਜ ਹੀ ਤੁਹਾਡਾ ਵਿਆਹ ਕਰਕੇ ਤੇ ਮੈਂ ਤੈਨੂੰ ਭੇਜਣ ਲੱਗੀ ਆ ਇਹ ਤੇਰਾ ਵਾਰਾ ਉਹਨਾਂ ਦੋਨਾਂ ਦਾ ਵਿਆਹ ਕਰਕੇ ਤੈਨੂੰ ਭੇਜ ਦਿੰਦੇ ਉਹ ਮਾਨੀ ਮਨ ਵਿੱਚ ਸੋਚਦਾ ਹੈ ਕਿ ਮੈਂ ਆਪਣੇ ਲਈ ਕੁਝ ਨਹੀਂ ਸੀ ਮੰਗਿਆ ਪਰ ਮੈਨੂੰ ਦੂਜਿਆਂ ਦਾ ਮੈਂ ਜੋ ਖਾਦਾ ਸੀ ਘਰ ਖਾਦਾ ਸੀ ਜਾਂ ਕਹਿ ਲਓ ਮੈਂ ਨਮਕ ਖਾਦਾ ਸੀ ਮੈਂ ਉਹਦਾ ਹੱਕ ਅਦਾ ਕੀਤਾ ਤੇ ਉਹ ਪ੍ਰਮਾਤਮਾ ਨੇ ਮੈਨੂੰ ਆਪ ਹੀ ਮੇਰਾ ਹੱਕ ਅਦਾ ਕਰ ਦਿੱਤਾ ਉਹ ਸਭ ਚੀਜ਼ਾਂ ਲੈ ਕੇ ਘਰ ਜਾ ਗਿਆ ਜਦੋਂ ਗਿਆ ਦੇਖਦਾ ਵੀ ਉਹਦੀ ਮਾਂ ਦੀ ਹਾਲਤ ਇੰਨੀ ਜ਼ਿਆਦੀ ਖਰਾਬ ਹੁੰਦੀ ਐ ਵੀ ਐਵੇਂ ਲੱਗਦਾ ਵੀ ਕੁਝ ਜੀ ਸਵਾਸ ਬਾਕੀ ਨਹੀਂ ਇਨਨ ਨੂੰ ਯਾਦ ਹੁੰਦਾ ਹੈ ਵੀ ਉਸ ਜਿਹੜੇ ਫਕੀਰ ਦੀ ਸਾਰੀ ਜੋ ਵੀ ਸ਼ਕਤੀ ਸੀ ਨਾ ਉਹ ਰਤਨ ਦੇ ਵਿੱਚ ਹੈ ਉਹ ਰਤਨ ਆਪਣੀ ਮਾਂ ਦੇ ਸਿਰ ਤੇ ਜਦੋਂ ਰੱਖਦਾ ਤੇ ਉਹਦੀ ਮਾਂ ਜਿਹੜੀ ਨੌਂ ਬਰ ਨੌ ਹੋ ਕੇ ਉੱਠ ਜਾਂਦੀ ਹੈ ਉਹ ਕੀ ਕਰਦਾ ਫਿਰ ਉਸ ਰਤਨ ਨੂੰ ਹਮੇਸ਼ਾ ਸੰਭਾਲ ਕੇ ਰੱਖਦਾ ਤੇ ਹੁਣ ਉਹਦੇ ਕੋਲ ਆਪਣੇ ਜੀਵਨ ਦੀਆਂ ਔਖੇ ਤੇ ਔਖੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਹ ਰਤਨ ਸੀ ਤੇ ਆਪਣੀਆਂ ਨਿੱਜੀ ਜ਼ਿੰਦਗੀ ਦੀਆਂ ਜੋ ਕਹਿ ਲੋ ਛੋਟੀਆਂ-ਛੋਟੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਧਨ ਵੀ ਬਹੁਤ ਸੀ ਅਤੇ ਹੁਣ ਇੱਕ ਉਹਦਾ ਵਿਆਹਤਾ ਜੀਵਨ ਵੀ ਸੀ ਜਿਸ ਨੂੰ ਪਾ ਕੇ ਉਹ ਖੁਸ਼ ਹੋ ਗਿਆ ਇਹ ਤਰ੍ਹਾਂ ਆਪਾਂ ਨੂੰ ਹੀ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਆਪਣੀ ਹਰ ਔਖੇ ਹਾਲਾਤ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰੀਏ ਤਾਂ ਲੰਘ ਸਕਦੇ ਹਾਂ ਜੋ ਦੂਜਿਆਂ ਦੀ ਮਦਦ ਕਰਦਾ ਹੈ ਨਾ ਦੂਜਿਆਂ ਦੀ ਬਾਹ ਫੜਦਾ ਹੈ ਪਰਮਾਤਮਾ ਉਹਦੀ ਬਾਹ ਜ਼ਰੂਰ ਫੜਦਾ ਹੈ ਤੇ ਉਹਨੂੰ ਉਹ ਸਭ ਕੁਝ ਦੇ ਦਿੰਦਾ ਹੈ ਜੋ ਉਹਨੇ ਸੋਚਿਆ ਵੀ ਨਹੀਂ ਹੁੰਦਾ ਜੋ ਬਿਨਾਂ ਸਵਾਰਥ ਤੋਂ ਦੂਜਿਆਂ ਲਈ ਕੁਝ ਕਰਦਾ ਹੈ ਉਹਦੀ ਜ਼ਿੰਦਗੀ ਹਮੇਸ਼ਾ ਸੁੱਖ ਨਾਲ ਭਰ ਜਾਂਦੀ ਹੈ